ਕਰਤੂਤ ਪਸੂ ਕੀ ਮਾਨਸ ਜਾਤ। ਇਹ ਤੁਕ ਸ਼੍ਰੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਹੈ। ਅਰਥ ਇਹ ਹੈ ਕਿ ਕਹਿਣ ਨੂੰ ਤਾਂ ਮੱਧ ਪੁਰਸ਼ ਦੀ ਮਨੁੱਖ ਜਾਤੀ ਹੁੰਦੀ ਹੈ, ਪਰ ਇਸਦੇ ਕਰਮ ਪਸ਼ੂਆਂ ਵਾਲੇ ਹੁੰਦੇ ਹਨ। ਮਨੁੱਖ ਚੰਗੇ ਕਰਮ ਕਰਨ ਨਾਲ ਦੇਵਤਾ ਖਵਾਉਂਦਾ ਹੈ ਅਤੇ ਮੰਦੇ ਕਰਮ ਕਰਨ ਨਾਲ ਜਿਸ ਤਰ੍ਹਾਂ ਦੀ ਉਸਦੀ ਨੀਚ ਬਿਰਤੀ ਹੁੰਦੀ ਹੈ, ਉਸ ਤਰ੍ਹਾਂ ਹੀ ਉਹ ਨੀਚ ਪਸ਼ੂ ਅਖਵਾਉਂਦਾ ਹੈ। ਇਸ ਦੀ ਪ੍ਰੌੜਤਾ ਵਿੱਚ ਕੌਡੇ ਸ਼ਾਹ ਦੀ ਪ੍ਰਸਿੱਧ ਸਾਕੀ ਆਪਾਂ ਲੈ ਸਕਦੇ ਹਾਂ। ਕੌਡਾ ਰਾਖਸ਼ ਵਿੰਧਿਆਚਲ ਪਰਬਤ ਤੋਂ ਹੇਠਾਂ ਜੰਗਲ ਵਿੱਚ ਰਹਿੰਦਾ ਸੀ ਅਤੇ ਆਏ ਗਏ ਆਦਮੀ ਨੂੰ ਤੇਲ ਦੇ ਕੜਾਹੇ ਵਿੱਚ ਤਲ ਕੇ ਖਾਂਦਾ ਸੀ। ਇਸ ਕਰਕੇ ਉਸਦਾ ਨਾਮ ਆਦਮਖੋਰ ਪ੍ਰਸਿੱਧ ਹੋ ਗਿਆ ਸੀ। ਇੱਕ ਵਾਰੀ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਸਮੇਂ ਉੱਧਰ ਗਏ ਤਾਂ ਭਾਈ ਮਰਦਾਨੇ ਨੂੰ ਕੌਡੇ ਨੇ ਫੜ ਲਿਆ। ਜਦ ਤੇਲ ਦਾ ਕੜਾਹਾ ਗਰਮ ਕਰਕੇ ਕੌਡੇ ਨੇ ਭਾਈ ਮਰਦਾਨੇ ਨੂੰ ਵਿੱਚ ਸੁੱਟਿਆ ਤਾਂ ਕੜਾਹਾ ਠੰਡਾ ਹੋ ਗਿਆ। ਕੌਡਾ ਬੜਾ ਹੈਰਾਨ ਪਰੇਸ਼ਾਨ ਹੋਇਆ। ਜਦੋਂ ਉਸਨੇ ਵੇਖਿਆ ਤਾਂ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਜ਼ਰ ਆਏ। ਕੌਡਾ ਝੱਟ ਆਪਣੀ ਕੁਟੀਆ ਵਿੱਚੋਂ ਇੱਕ ਸ਼ੀਸ਼ਾ ਲੈ ਕੇ ਆਇਆ। ਉਸ ਵਿੱਚੋਂ ਸਤਿਗੁਰੂ ਜੀ ਦਾ ਚਿਹਰਾ ਦੇਖ ਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ ਅਤੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਇਸ ਰਾਖਸ਼ ਜੁਨੀ ਵਿੱਚੋਂ ਬੰਦੀ ਕੱਟਣ ਆਏ ਹੋ। ਸਤਿਗੁਰੂ ਜੀ ਨੇ ਫਰਮਾਇਆ, ਕੌਡਿਆ, ਇਹ ਆਦਮਖੋਰੀ ਦਾ ਖੋਟਾ ਕਰਮ ਤੂੰ ਕਿਉਂ ਕਰਦਾ ਹੈ? ਇਹ ਠੀਕ ਨਹੀਂ ਹੈ। ਕੌਡੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸਨੇ ਅੱਜ ਤੱਕ ਕੋਈ ਮਨੁੱਖ ਨਹੀਂ ਖਾਧਾ। ਇਹ ਜੋ ਲੋਕ ਕਹਿੰਦੇ ਹਨ ਕਿ ਕੌਡਾ ਆਦਮਖੋਰ ਹੈ, ਇਹ ਸਭ ਝੂਠ ਕਹਿੰਦੇ ਹਨ, ਕਿਉਂਕਿ ਉਹ ਕੇਵਲ ਮਨੁੱਖ ਜਾਤੀ ਵਿੱਚ ਪੈਦਾ ਹੋਣ ਕਰਕੇ ਹੀ ਮਨੁੱਖ ਸਨ, ਪਰ ਅੰਦਰਲੀਆਂ ਕਰਤੂਤਾਂ ਦੇ ਕਰਮਾਂ ਕਰਕੇ ਉਹ ਪਸ਼ੂ ਸਨ। ਸਤਿਗੁਰੂ ਜੀ ਨੇ ਫਰਮਾਇਆ, ਕੌਡਿਆ, ਤੈਨੂੰ ਕਿਵੇਂ ਪਤਾ ਹੈ ਕਿ ਉਹ ਮਨੁੱਖ ਨਹੀਂ ਸਨ, ਜਦਕਿ ਉਹਨਾਂ ਦੀ ਸ਼ਕਲ ਸੂਰਤ ਮਨੁੱਖਾਂ ਦੀ ਸੀ? ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਕੌਡੇ ਨੇ ਕਿਹਾ ਕਿ ਮਹਾਰਾਜ ਜੀ, ਜਿਹੜਾ ਨਾਮ ਮਾਤਰ ਮਨੁੱਖ ਮੈਂ ਫੜ ਕੇ ਲਿਆਉਂਦਾ ਸੀ, ਪਹਿਲਾਂ ਮੈਂ ਉਸਦਾ ਮੂੰਹ ਇਸ ਸ਼ੀਸ਼ੇ ਵਿੱਚ ਵੇਖ ਲੈਂਦਾ ਸੀ। ਜਦ ਸ਼ੀਸ਼ੇ ਵਿੱਚ ਕਿਸੇ ਮਨੁੱਖ ਦਾ ਮੂੰਹ ਦੇਖਦਾ ਸੀ ਤਾਂ ਉਸ ਵਿੱਚ ਕੁੱਤੇ, ਸੂਰ, ਖੋਤੇ, ਕਾਂ ਅਤੇ ਸ਼ੇਰ ਆਦਿਕ ਜਾਨਵਰਾਂ ਦੀਆਂ ਸ਼ਕਲਾਂ ਦਿਸਦੀਆਂ ਸਨ। ਫਿਰ ਮੈਂ ਉਸ ਮਨੁੱਖ ਸੂਰਤ ਪਸ਼ੂ ਨੂੰ ਤਲ ਕੇ ਖਾ ਜਾਂਦਾ ਸੀ। ਹਾਂ, ਅੱਜ ਕੇਵਲ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਹਾਂ। ਇਹ ਵਾਰਤਾ ਦੱਸ ਕੇ ਕੌਡੇ ਨੇ ਗੁਰੂ ਜੀ ਦੇ ਚਰਨਾਂ 'ਤੇ ਬਾਰੰਬਾਰ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਪੁੱਛਿਆ, ਕੌਡਿਆ, ਇਹ ਸ਼ੀਸ਼ਾ ਤੂੰ ਕਿੱਥੋਂ ਲਿਆ ਅਤੇ ਇਸਦੇ ਕੀ ਗੁਣ ਹਨ? ਕੌਡੇ ਨੇ ਕਿਹਾ, ਜੀ, ਇਹ ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ। ਇਸ ਦੀ ਵਾਰਤਾ ਇਸ ਤਰ੍ਹਾਂ ਹੋਈ ਸੀ ਕਿ ਇੱਕ ਦਿਨ ਮੇਰੇ ਵਿਦਿਆਦਾਤਾ ਮੇਰੇ ਘਰ ਆਏ। ਮੈਂ ਆਪਣੀ ਵਿਦਿਆ ਦਾ ਅਭਿਮਾਨ ਕਰਕੇ ਅੱਗੋਂ ਉੱਠ ਕੇ ਉਹਨਾਂ ਦਾ ਸਤਿਕਾਰ ਨਾ ਕੀਤਾ, ਜਿਸ ਕਰਕੇ ਉਹਨਾਂ ਨੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਘਰ ਆਏ ਗੁਰੂ ਦਾ ਸਤਿਕਾਰ ਨਹੀਂ ਕੀਤਾ, ਇਹ ਤੂੰ ਰਾਖਸ਼ਾਂ ਵਾਲੀ ਬੁੱਧੀ ਕੀਤੀ ਹੈ, ਇਸ ਕਰਕੇ ਤੂੰ ਰਾਖਸ਼ ਜੂਨ ਪਾਏਗਾ। ਗੁਰੂ ਦਾ ਸ਼ਰਾਪ ਸੁਣ ਕੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਰਾਖਸ਼ ਜੂਨੀ ਵਿੱਚੋਂ ਮੇਰਾ ਉਧਾਰ ਕਦੋਂ ਹੋਏਗਾ? ਤਦ ਉਹਨਾਂ ਨੇ ਮੇਰੇ 'ਤੇ ਤਰਸ ਕਰਕੇ ਮੈਨੂੰ ਇਹ ਸ਼ੀਸ਼ਾ ਦਿੱਤਾ ਅਤੇ ਸਮਝਾਇਆ ਕਿ ਜਿਸ ਪੁਰਸ਼ ਦਾ ਸਰੂਪ
ਇਸ ਵਿੱਚੋਂ ਵੈਸਾ ਹੀ ਦਿਸੇਗਾ ਜੈਸਾ ਕਿ ਬਾਹਰੋਂ ਦਿਸਦਾ ਹੈ। ਉਸ ਪਾਸੋਂ ਤੇਰਾ ਇਸ ਰਾਖਸ਼ ਜੋਨੀ ਵਿੱਚੋਂ ਉਧਾਰ ਹੋਏਗਾ। ਇਸ ਤਰ੍ਹਾਂ ਗੁਰੂ ਦੇ ਸਰਾਪ ਕਰਕੇ ਮੈਂ ਰਾਖਸ਼ ਜੂਨ ਵਿੱਚ ਪੈ ਕੇ ਇਸ ਜੰਗਲ ਵਿੱਚ ਰਹਿਣ ਲੱਗ ਪਿਆ ਅਤੇ ਆਪਣੇ ਉਧਾਰਦਾਤੇ ਦੀ ਭਾਲ ਵਾਸਤੇ ਕਈ ਪੁਰਸ਼ ਫੜ ਕੇ ਉਹਨਾਂ ਦੇ ਮੂੰਹ ਇਸ ਸ਼ੀਸ਼ੇ ਵਿੱਚੋਂ ਵੇਖਦਾ ਰਿਹਾ, ਪਰ ਕੋਈ ਵੀ ਐਸਾ ਨਾ ਮਿਲਿਆ ਜੋ ਅੰਦਰੋਂ ਵੀ ਬਾਹਰ ਜੈਸਾ ਹੀ ਹੋਵੇ। ਉਹਨਾਂ ਦੀਆਂ ਕਰਨੀਆਂ ਅਨੁਸਾਰ ਜਦ ਮੈਨੂੰ ਉਹਨਾਂ ਦੇ ਮੂੰਹ ਵੱਖ ਵੱਖ ਜਾਨਵਰਾਂ ਦੇ ਦਿਸਦੇ ਸਨ ਤਾਂ ਮੈਂ ਉਹਨਾਂ ਨੂੰ ਪਸ਼ੂ ਸਮਝ ਕੇ ਖਾ ਜਾਂਦਾ ਸੀ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹ ਵਾਰਤਾ ਸੁਣ ਕੇ ਭਾਈ ਮਰਦਾਨੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇਹ ਸ਼ੀਸ਼ਾ ਆਪਾਂ ਲੈ ਚੱਲੀਏ, ਇਸ ਨਾਲ ਮੰਦੇ ਕਰਮ ਅਤੇ ਸ਼ੁਭ ਕਰਮ ਕਰਨ ਵਾਲਿਆਂ ਦੀ ਪਛਾਣ ਹੋ ਜਾਇਆ ਕਰੇਗੀ। ਭਾਈ ਮਰਦਾਨੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਫਰਮਾਇਆ, ਮਰਦਾਨਿਆਂ, ਇਸ ਸ਼ੀਸ਼ੇ ਦੀ ਸਾਨੂੰ ਲੋੜ ਨਹੀਂ ਹੈ। ਜਿਸਦੇ ਕੋਲ ਸ੍ਰੇਸ਼ਟ ਵਿਚਾਰ ਰੂਪੀ ਸ਼ੀਸ਼ਾ ਹੁੰਦਾ ਹੈ ਉਸਦਾ ਆਪਣਾ ਆਤਮਾ ਪ੍ਰਕਾਸ਼ ਹੋ ਜਾਂਦਾ ਹੈ, ਜਿਸ ਨਾਲ ਉਸਨੂੰ ਭਲੇ ਬੁਰੇ ਦੀ ਅੰਦਰਲੀ ਕਰਤੂਤ ਦਿਸ ਪੈਂਦੀ ਹੈ। ਸੋ ਤੂੰ ਆਪਣੇ ਪਾਸ ਸ਼ੁਭ ਵਿਚਾਰ ਦਾ ਸ਼ੀਸ਼ਾ ਰੱਖ ਕੇ ਵਹਿਮਾਂ ਨੂੰ ਨਾਸ ਕਰਕੇ ਸਦਾ ਸੁਖੀ ਰਹੋ। ਇਸ ਸੰਸਾਰ ਵਿੱਚ ਕੋਈ ਪੁਰਸ਼ ਲੋਭ ਕਰਕੇ, ਕੋਈ ਕਾਮ ਕਰਕੇ, ਕੋਈ ਮੋਹ ਕਰਕੇ, ਕੋਈ ਕ੍ਰੋਧ ਕਰਕੇ ਅਤੇ ਕੋਈ ਹੰਕਾਰ ਕਰਕੇ ਪਸ਼ੂਆਂ ਵਾਲੇ ਕਰਮ ਕਰ ਰਿਹਾ ਹੈ। ਉਹ ਵਿਰਲੇ ਹੀ ਹਨ ਜਿਨ੍ਹਾਂ ਉੱਤੇ ਪਸ਼ੂ ਬਿਰਤੀ ਨਹੀਂ ਵਾਪਰਦੀ। ਇਸ ਕਰਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਨੂੰ ਪਸ਼ੂਆਂ ਵਾਲੀਆਂ ਕਰਤੂਤਾਂ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖਣਾ ਹੀ ਸਭ ਚੰਗਿਆਈਆਂ ਦਾ ਮੂਲ ਹੈ, ਜਿਸ ਨਾਲ ਕਿਸੇ ਆਤਮ ਪ੍ਰਕਾਸ਼ ਵਾਲੇ ਦੀ ਦ੍ਰਿਸ਼ਟੀ ਵਿੱਚ ਪਸ਼ੂ ਰੂਪ ਨਹੀਂ ਹੋਈਦਾ ਅਤੇ ਅਮੋਲਕ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਹਰ ਇੱਕ ਪੁਰਸ਼ ਨੂੰ ਆਪਣੇ ਸ਼ੁੱਧ ਵਿਚਾਰ ਦੇ ਸ਼ੀਸ਼ੇ ਵਿੱਚੋਂ ਆਪਣਾ ਮੂੰਹ ਦੇਖਦੇ ਰਹਿਣਾ ਚਾਹੀਦਾ ਹੈ ਅਤੇ ਕਿਤੇ ਦਾਗ ਜਾਂ ਧੱਬਾ ਹੋਵੇ ਉਸਨੂੰ ਕੌਡੇ ਰਾਖਸ਼ ਜੰਮ ਤੋਂ ਬਚਣ ਵਾਸਤੇ ਛੇਤੀ ਹੀ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮਨੁੱਖੀ ਦੇਹ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਵੀ ਸਿਮਰਨ ਕਰ ਰਹੇ ਹਨ। ਇਸੇ ਕਰਕੇ ਭਾਈ ਆਪਣੇ ਵਿਚਾਰ ਰੂਪੀ ਸ਼ੀਸ਼ੇ ਨੂੰ ਸਾਫ ਕਰਕੇ ਇਸ ਦੇਹੀ ਨੂੰ ਸਫਲਾ ਕਰੋ। ਜਿਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰਨ ਅਵਤਾਰ ਸਨ ਅਤੇ ਗੁਰੂ ਜੀ ਨੇ 24 ਸਾਲ ਸੰਮਤ 1554 ਤੋਂ 1578 ਤੱਕ ਪੈਦਲ ਚੱਲ ਕੇ ਚਾਰ ਚੱਕਰ ਲਗਾ ਕੇ ਦੂਰ ਦੁਰਾਡੇ ਦੇਸਾਂ ਪ੍ਰਦੇਸਾਂ ਵਿੱਚ ਪ੍ਰਾਣੀ ਮਾਤਰ ਨੂੰ ਭਲੇ ਅਤੇ ਬੁਰੇ ਕਰਮਾਂ ਤੋਂ ਜਾਣੂ ਕਰਕੇ ਸੱਚ ਦਾ ਮਾਰਗ ਦੱਸਿਆ। ਸ੍ਰੀ ਰਾਗ ਵਿੱਚ ਗੁਰੂ ਜੀ ਦਾ ਫੁਰਮਾਨ ਹੈ, ਸੱਚੋ ਉਰੈ ਸਭ ਕੋ ਉੱਪਰ ਸੱਚਾਚਾਰ। ਅਰਥਾਤ ਭਾਵੇਂ ਸਭ ਕੁਝ ਸੱਚ ਤੋਂ ਹੇਠਾਂ ਹੈ ਪਰ ਇੱਕ ਸਦਾਚਾਰ, ਨੇਕ ਚਾਲ ਚੱਲਣ ਸੱਚ ਤੋਂ ਵੀ ਉੱਪਰ ਹੈ। ਇਸਦਾ ਭਾਵ ਅਰਥ ਇਹ ਹੈ ਕਿ ਪੁਰਸ਼ ਭਾਵੇਂ ਸੱਤਵਾਦੀ ਹੈ, ਉਹ ਕਦੇ ਝੂਠ ਨਹੀਂ ਬੋਲਦਾ, ਪਰ ਜੇਕਰ ਉਸਦੇ ਹੋਰ ਕਰਮ ਚੰਗੇ ਨਹੀਂ ਹਨ, ਅਰਥਾਤ ਵਿਸ਼ਨਈ ਹੈ, ਤਾਂ ਉਸਦਾ ਸੱਤਵਾਦੀ ਹੋਣਾ ਕਿਸੇ ਗਿਣਤੀ ਵਿੱਚ ਨਹੀਂ ਹੈ। ਜਪ ਤਪ ਅਤੇ ਹੋਰ ਨੇਕ ਕਰਮ ਤਦ ਹੀ ਸ਼ੋਭਨੀਕ ਅਤੇ ਫਲੀਭੂਤ ਹੋ ਸਕਦੇ ਹਨ ਜੇਕਰ ਪੁਰਸ਼ ਦੇ ਪੱਲੇ ਸੱਚ ਹੋਵੇ। ਪਰੰਤੂ ਜਿਸਦੇ ਪੱਲੇ ਸੱਚ ਨਹੀਂ ਹੈ, ਉਸਦੇ ਪੂਜਾ ਪਾਠ ਅਤੇ ਨੇਮ ਧਰਮ
ਸਭ ਨਿਸਫਲ ਹਨ। ਜੇਕਰ ਪੁਰਸ਼ ਦੇ ਪੱਲੇ ਸੱਚ ਵੀ ਹੋਵੇ ਤੇ ਹੋਰ ਨੇਮ ਕਰਮ ਵੀ ਕਰਦਾ ਹੋਵੇ ਪਰ ਉਸਦਾ ਚਾਲ ਚੱਲਣ ਨੇਕ ਨਾ ਹੋਵੇ, ਸਦਾ ਬੁਰਾਈਆਂ ਵਿੱਚ ਪ੍ਰਵਿਰਤ ਰਹਿੰਦਾ ਹੋਵੇ ਤਾਂ ਉਸਦਾ ਪਾਠ ਪੂਜਾ ਨੇਮ ਧਰਮ ਤੇ ਸੱਚ ਧਾਰਨਾ ਸਭ ਕੁਝ ਵਿਅਰਥ ਹੈ। ਇਸ ਤੋਂ ਸਪਸ਼ਟ ਇਹ ਹੈ ਕਿ ਪੁਰਸ਼ ਦੇ ਧਰਮ ਕਰਮ ਤੇ ਸੱਚ ਬੋਲਣਾ ਤਦ ਹੀ ਪ੍ਰਵਾਨ ਹੋ ਸਕਦੇ ਹਨ ਜੇਕਰ ਉਸਦਾ ਸੰਸਾਰਕ ਕਾਰ ਵਿਹਾਰ ਸੁੱਚਾ ਹੋਵੇ, ਅਰਥਾਤ ਕਿਸੇ ਦਾ ਹੱਕ ਨਾ ਮਾਰੇ, ਝੂਠ ਨਾ ਬੋਲੇ, ਈਰਖਾ ਬਖੀਲੀ ਨਾ ਕਰੇ, ਚੋਰੀ ਯਾਰੀ ਆਦਿ ਬੁਰੇ ਕਰਮ ਨਾ ਕਰੇ। ਨੇਕ ਚੱਲਣ ਵਾਲੇ ਪੁਰਸ਼ ਦੇ ਲੱਛਣ ਸਤਿਗੁਰੂ ਜੀ ਸ਼੍ਰੀ ਸੁਖਮਣੀ ਸਾਹਿਬ ਵਿੱਚ ਫਰਮਾਉਂਦੇ ਹਨ, ਮਿੱਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਡਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਮਨੁੱਖਾ ਜਨਮ ਨੂੰ ਦੁਰਲਭ ਕਥਨ ਕੀਤਾ ਜਾਂਦਾ ਹੈ, ਇਸ ਨੂੰ ਪਾ ਕਰਕੇ ਪੁਰਸ਼ ਨੂੰ ਨੇਕ ਚਾਲ ਚੱਲਣ ਦੁਆਰਾ ਸਫਲਾ ਕਰਨਾ ਚਾਹੀਦਾ ਹੈ, ਕਿਉਂਕਿ ਜਿਸ ਤਰ੍ਹਾਂ ਪੌੜੀ ਦਾ ਡੰਡਾ ਹੱਥੋਂ ਛੁੱਟ ਜਾਵੇ ਤਾਂ ਫਿਰ ਹੱਥ ਵਿੱਚ ਨਹੀਂ ਆਉਂਦਾ, ਇਸੇ ਤਰ੍ਹਾਂ ਇਹ ਦੁਰਲਭ ਜਨਮ ਜੇ ਬੀਤ ਗਿਆ ਤਾਂ ਫਿਰ ਪ੍ਰਾਪਤ ਹੋਣਾ ਕਠਿਨ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਏ। ਹਰ ਇੱਕ ਪ੍ਰਾਣੀ ਮਾਤਰ ਨੂੰ ਚਾਹੀਦਾ ਹੈ ਕਿ ਸਦਾਚਾਰੀ ਬਣ ਕੇ ਆਪਣਾ ਜੀਵਨ ਸਫਲਾ ਕਰੇ, ਕਿਉਂਕਿ ਅੱਗੇ ਉਸ ਸੱਚੇ ਦੀ ਦਰਗਾਹ ਵਿੱਚ ਤਾਂ ਸਦਾਚਾਰ ਹੀ ਕੰਮ ਆਉਣੇ ਹਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ, ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹਾ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਹ ਗਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।